ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਅਹਿਮ ਮਸਲਿਆਂ ਤੇ ਚਰਚਾ ਲਈ ਵਿਧਾਨ ਸਭਾ ਵਿੱਚ ਦਿੱਤਾ ਕੰਮ ਰੋਕੂ ਪ੍ਰਸਤਾਵ ਰੱਦ ਕਰਤਾ। ਇਸ ਸਬੰਧੀ ਆਪਣੀ ਪੜਾਸ ਕਰਦਿਆਂ ਅਕਾਲੀ ਆਗੂਆਂ ਨੇ ਕਾਂਗਰਸ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ। ਅਕਾਲੀਆਂ ਨੇ ਕਿਹਾ ਕਿ ਸੂਬਾ ਸਰਕਾਰ ਅਹਿਮ ਮਾਮਲਿਆਂ ਨੂੰ ਅੱਖੋਂ ਓਹਲੇ ਕਰ ਰਹੀ ਹੈ। ਦੇਖੋ, ਅਸੀਂ ਵਿਧਾਨ ਸਭਾ ਵਿੱਚ ਬਹੁਤ ਮਹੱਤਵਪੂਰਨ ਮਸਲਿਆਂ ਬਾਰੇ ਇੱਕ ਕੰਮ ਰੋਕੂ ਪ੍ਰਸਤਾਵ ਐਡਜਸਟਮੈਂਟ ਬੁਕਸ ਲਿਆਂਦਾ ਸੀ। ਉਹਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ, ਜਿਹੜੇ ਲੱਖਾਂ ਸਟੂਡੈਂਟਸ ਆ ਉਹਨਾਂ ਨੂੰ ਨਹੀਂ ਮਿਲ ਰਿਹਾ, ਪੈਨਸ਼ਨਾਂ ਦੀ ਸਕੀਮ ਜਿਹੜੀ 10 ਮਹੀਨੇ ਤੋਂ ਨਹੀਂ ਮਿਲੀ, ਸਕਾਲਰਸ਼ਿਪ ਜਿਹੜੇ ਦਸੰਬਰ ਤੋਂ ਬਾਅਦ ਕਿਸੇ ਨੂੰ ਨਹੀਂ ਮਿਲੇ, ਅੱਜ ਤੱਕ ਸ਼ਗਨ ਸਕੀਮ ਜਿਹੜੀ 10 ਮਹੀਨੇ ਤੋਂ ਨਹੀਂ ਮਿਲੀ, ਇਹਦੇ ਬਾਰੇ ਅਸੀਂ ਐਡਜਸਟਮੈਂਟ ਮੋਸ਼ਨ ਦਿੱਤਾ ਸੀ। ਬਦਕਿਸਮਤੀ ਹੈ ਕਿ ਹਰ ਮੋਸ਼ਨ ਰਿਜੈਕਟ ਕਰ ਦਿੱਤਾ ਜਾਂਦਾ। ਕੱਲ੍ਹ ਅਸੀਂ ਕੋਈ ਕੰਮ ਇਹਨਾਂ ਨੂੰ ਕੰਮ ਰੋਕੂ ਪ੍ਰਸਤਾਵ ਦਿੱਤਾ ਸੀ, ਇੱਕ ਕਾਲ ਟੈਂਸ਼ਨ ਮੋਸ਼ਨ ਦਿੱਤਾ ਸੀ, ਜਿਹਦੇ ਵਿੱਚ ਹਲਕਾ ਇੰਚਾਰਜ ਵੱਲੋਂ ਕੀਤੀ ਗੁੰਡਾਗਰਦੀ ਬਾਰੇ ਅਸੀਂ ਪ੍ਰਸ਼ਨ ਪੁੱਛੇ ਸੀ, ਉਹ ਵੀ ਰਿਜੈਕਟ ਕਰ ਦਿੱਤਾ ਗਿਆ।